ਕਿਆ ਬਾਰਿਸ਼ ਨਾਲ ਭਿੱਜ ਗਿਆ ਜੇ ਸਾਰਾ ਹੀ ਆ ਡੰਗਰਾਂ ਦੇ ਵਿੱਚ ਰਹਿਣਾ ਕੀ ਹਾਲਾਤ ਹੁੰਦਾ ਵੇ ਆ ਖੜਾ ਸੱਚ ਭਿੱਜਣ ਨੇ ਡੰਗਰ ਬੰਨਣ ਲੱਗਾ ਆ ਨਾਨਕੇ ਦੇ ਹੁੰਦਾ ਕੋਈ ਫਾਇਦਾ ਨਹੀਂ ਬਾਰਿਸ਼ 'ਚ ਮਾਰਦੇ ਜੇ ਓਏ ਨਾਨਕੇ ਦੇ ਪਿੰਡ ਨਾ ਜਾਇਓ ਕਦੀ ਵੀ ਭੁੱਲ ਕੇ ਕਿਉਂਕਿ ਡੰਗਰ ਬਣਾਉਂਦੇ ਹੀ ਬਾਰਿਸ਼ ਦੇ ਵਿੱਚੋਂ ਵੀ ਵੈਸੇ ਆ ਕੰਮ ਠੀਕ ਆ ਹਾਂ ਅੱਲਾ ਬੰਦਾ ਜਿੱਦਾਂ ਮਰਜ਼ੀ ਵੱਢ ਲੈ ਕਣਕ ਵੀ ਵੱਢੀ ਜਾ ਸਕਦੀ ਇਹਨਾਂ ਦੇ ਹਾਂ ਖੜੀ ਕਰੋ ਹੋਏ ਫਿਰਦੇ ਨੇ ਚਿੱਕੜ ਦੋਵਾਂ ਸਾਈਡਾਂ ਤੇ ਪਾਣੀ ਖਲੋਤੇ ਨੇ ਰਾਤ ਦੀ ਬਾਰਿਸ਼ ਹੋਈ ਸੀਗੀ ਤੇ ਡੰਗਰ ਹੁਣ ਬੈਠੇ ਨੇ ਇੱਧਰ ਇਸ ਜਗ੍ਹਾ ਤੇ ਸੁੱਕੀ ਜਗ੍ਹਾ ਤੇ ਨਿਕਲ ਕੇ ਬਾਹਰ ਤੇ ਅੰਦਰ ਅੰਦਰ ਹੋਏ ਨੇ ਚਿੱਕੜ ਇੱਧਰ ਗਾਈਆਂ ਸੁੱਕੀ ਮਿੱਟੀ ਪਾਈ ਇਹਨਾਂ ਨੇ ਹੁਣ ਇਹ ਗਾਈਆਂ ਦੇ ਥੱਲੇ ਇਹ ਇੱਧਰ ਬੈਠੀਆਂ ਗਾਈਆਂ ਹੁਣ ਕਿਉਂਕਿ ਬਾਕੀ ਦਾ ਅੱਜ ਬਾਰਿਸ਼ ਨੇ ਰਾਤ ਸਾਰੀ ਚੱਸ ਕਰਾਈ ਹੈ ਤੇ ਰਮਜ਼ਾਨੀ ਭਾਈ ਨੇ ਪੱਠੇ ਲਏ ਨੇ ਕੁੱਤਰ ਇਹ ਚਿੱਕੜ ਹੋਏ ਫਿਰਦੇ ਸਾਹਮਣੇ ਰਮਜ਼ਾਨੀ ਕਰਨ ਦਿਆ ਡੰਗਰਾਂ ਥੱਲੇ ਸੁੱਕ ਗਾਂ ਬਾਹਰ ਬੰਨੀ ਤੇ ਪੱਠੇ ਦੇ ਆ ਕੁੱਤਰ ਇਹਨਾਂ ਵਾਸਤੇ ਹੁਣ ਫੇਰ ਚੱਲਾਂ ਜੇ ਲੈਣ A few moments later ਆਪਣੀ ਮੋਟਰਸਾਈਕਲ ਤੇ ਕੀਤਾ ਵਾ ਖਰਚਾ ਥੋੜਾ ਬਹੁਤਾ ਕਿਉਂਕਿ ਮੋਟਰਸਾਈਕਲ ਹੋਈ ਫਿਰਦੀ ਸੀਗੀ ਬਰਬਾਦ ਮੋਟਰਸਾਈਕਲ ਕੀਤੀ ਆਪਾਂ ਆਪਣੀ ਸੈੱਟ ਇਹਦੇ ਸ਼ਾਰੇ ਸ਼ੂਰੇ ਲਵਾਏ ਨੇ ਫਿਰ ਮੋਨੋਗ੍ਰਾਮ ਵਗੈਰਾ ਲਵਾਏ ਸਾਰਾ ਕੁਛ ਤੇ ਐਵੇਂ ਸਰਵਿਸ ਸਰਵਿਸ ਕਰਾ ਕੇ ਤੀਨ ਟਾਪੇ ਸੈੱਟ ਕਰਤੀ ਆ ਤੇ ਮੋਟਰਸਾਈਕਲ ਹੁਣ ਹੋ ਗਈ ਆ ਸੋਹਣੀ ਮਾਸ਼ਾਅੱਲਾ ਨਵੀਂ ਜ਼ੀਰੋ ਬਣ ਗਈ ਫਿਰ ਲੋ ਗਏ ਉਹਦਾ ਇੰਤਜ਼ਾਰ ਕਰਨ ਰਿਕਸ਼ਿਆਂ ਦਾ ਤੇ ਹਯਾਤ ਨੇ ਯਾਰ ਚੱਲਾ ਕਰਕੇ ਪਾਣੀ ਕੋਈ ਨਹੀਂ ਮਾੜਾ ਮਾੜਾ ਪਾਣੀ ਆ ਰਿਹਾ ਵਾ ਇਹ ਸੁੱਕੀ ਸੀ ਜਾਂ ਪਾਣੀ ਹੁਣ ਛੁੱਟਿਆ ਤੇ ਜਾਂ ਸੁੱਕੀ ਆ ਤੇ ਐਰਕੀ ਤੇ ਉਹਨਾਂ ਲਾ ਕੇ ਵਾਂਸ ਤੇ ਵਿੱਚ ਸੁੱਟਦੇ ਆ ਕੰਢੇ ਖੱਗਲ ਖੁੱਗਲ ਵੱਢ ਕੇ ਵੀ ਨਹਿਰ ਰੁੜੇ ਨਾ ਬਹੁਤ ਜ਼ਿਆਦਾ ਇੱਥੋਂ ਮਿੱਟੀ ਖੁਰਦੀ ਸੀ ਅੱਜ ਮੈਂ ਹੁਣ ਆਇਆ ਮਾਮੂ ਘਰ ਬਾਰਿਸ਼ ਦੇ ਵਿੱਚ ਤੇ ਤੁਹਾਨੂੰ ਪਤਾ ਕਿ ਬਾਰਿਸ਼ ਦੇ ਵਿੱਚ ਜਿਹੜੇ ਜ਼ਿਮੀਦਾਰ ਹੁੰਦੇ ਨੇ ਜਿਹਨਾਂ ਡੰਗਰਾਂ ਦਾ ਕੰਮ ਕਰਨ ਦਾ ਕੀ ਹਾਲਾਤ ਹੋ ਜਾਂਦਾ ਚਿੱਕੜ ਹੋ ਗਏ ਨੇ ਤੇ ਹੁਣ ਡੰਗਰ ਬੰਨ ਲੱਗੇ ਤੇ ਕੋਈ ਪਤਾ ਨਹੀਂ ਵੀ ਗੋਏ ਤੇ ਤਿਲਕ ਕੇ ਕਿੱਥੇ ਤੱਕ ਕਿੱਥੇ ਤੀਕਰ ਜਾਣਾ ਬੰਦੇ ਨੇ ਉਹ ਨੁੱਕਰ ਚੋਂ ਇੱਧਰ ਇਸ ਨੁੱਕਰ 'ਚ ਵੱਜਣ ਬਣਾ ਕੇ ਤੇ ਡੰਗਰ ਇਹਨਾਂ ਨੇ ਕੁਰਬਾਨੀ ਵਾਲਾ ਮਾਲ ਇੱਧਰ ਵੱਜਿਆ ਹੋਇਆ ਸਾਰਾ ਕੋਈ ਇਸ ਸਾਈਡ 'ਤੇ ਨੇ ਤੇ ਇੱਧਰ ਕੋਈ 20-25 ਜਾਨਵਰ ਜਿਹੜੇ ਨਾ ਅਗਲੇ ਸਾਲ ਵਾਸਤੇ ਨਾ ਸ਼ੁਰੂ ਕੀਤੇ ਨੇ ਲੈਣੇ ਹੋਏ ਇਹ ਅਗਲੇ ਸਾਲ ਵਾਸਤੇ ਤਿਆਰ ਆ ਮਾਲ ਵਾਲਾ ਤਿਆਰ ਲੱਖ ਆ ਕੇ 24 ਦੇ ਤਿਆਰ ਨੇ ਜਿਹੜੇ 2024 'ਚ ਹੁਣ ਤਿਆਰ ਨੇ ਖੈਰ ਬਾਰਿਸ਼ ਦੇ ਵਿੱਚ ਮਸਤੇ ਖੜੇ ਨੇ ਫੁੱਲ ਡੰਗਰ ਤੇ ਤੁਹਾਡਾ ਭਰਾ ਵੀ ਸ਼ੌਕ ਕਰੂਗਾ ਹੁਣ ਬੱਚਿਆਂ ਦਾ ਕਿਉਂਕਿ ਇੱਥੇ ਨਾਨਕਿਆਂ ਦੇ ਆ ਕੇ ਨਾ ਮੈਨੂੰ ਵੀ ਸ਼ੌਕ ਪੈ ਗਿਆ ਤੇ ਅੱਲਾ ਖੈਰ ਕਰੇ ਮੰਗਲ ਵਾਲੇ ਦਿਨ ਮਿਲਾਂਗੇ ਮੰਡੀ ਦੇ ਵਿੱਚ ਤੁਹਾਡਾ ਭਰਾ ਮਿਲੇਗਾ ਤੁਹਾਨੂੰ ਬੱਚਾ ਲੈਣ ਗਿਆ ਜਾਂ ਤਾਂ ਇੱਕ ਲੈ ਕੇ ਆਵਾਂਗੇ ਤੇ ਜਾਂ 3-4 ਲਿਆਵਾਂਗੇ ਹਾਂ ਮੰਗਲ ਵਾਲੇ ਦਿਨ ਜਾ ਰਹੇ ਹਾਂ ਫਿਰ ਅਸੀਂ ਵੀ ਕੋਈ ਮੈਂ ਕਿਹਾ ਸ਼ੌਕ ਕਰ ਲਈਏ ਥੋੜ੍ਹਾ ਬਹੁਤਾ ਹੁਣ ਨਿੱਕੇ ਬੱਚੇ ਲਿਆਂਦੇ ਆ ਕੁਰਬਾਨੀ ਅਗਲੀ ਵਾਸਤੇ ਤੇ ਵੱਡੇ ਇੱਧਰ ਨੇ ਤੇ ਇਹ ਕੁਰਬਾਨੀ ਅਗਲੇ ਸਾਲ ਵਾਸਤੇ ਲਿਆਂਦੇ ਸਾਰੇ ਬੱਚੇ ਨਿੱਕਾ ਇੱਕੋ ਸਾਈਜ਼ 0 ਇਹ ਅਗਲੀ ਕੁਰਬਾਨੀ ਵਾਸਤੇ ਤੇ ਕਿਸੇ ਨੂੰ ਚਾਹੀਦੇ ਹੋਣ ਤੇ ਸਾਨਾ ਵੀਡੀਓ ਤੇ ਕਮੈਂਟ 'ਚ ਸਾਨੂੰ ਭੇਜੋ ਆਪਣਾ ਐਡਰੈਸ ਸਾਡਾ ਐਡਰੈਸ ਲਓ ਜ਼ਿਲ੍ਹਾ ਲਈਆ ਚੌਕ ਆਜ਼ਮ ਤੇ ਸਾਨਾ ਰਾਬਤਾ ਕਰੋ ਤੁਹਾਨੂੰ ਬੱਚੇ ਦੀਏ ਤੇ ਇੱਧਰ ਕੁਰਬਾਨੀ ਵਾਲੇ ਬੱਚੇ ਵੱਜੇ ਨੇ ਸਾਰੇ ਆ ਸਾਰੇ ਕੁਰਬਾਨੀ ਵਾਲੇ ਆ ਬਾਰਿਸ਼ ਨਾਲ ਭਿੱਜ ਗਿਆ ਜੇ ਸਾਰਾ ਹੀ ਆ ਡੰਗਰਾਂ ਦੇ ਵਿੱਚ ਰਹਿਣਾ ਕੀ ਹਾਲਾਤ ਹੁੰਦਾ ਵੇ ਆ ਖੜਾ ਜਿਹੜਾ ਮਾਲ ਹੈਗਾ ਉਹ ਅੰਦਰ ਖੜਾ ਤੇ ਮੈਂ ਬਾਰਿਸ਼ 'ਚ ਭਿੱਜਣ ਨੇ ਡੰਗਰ ਬੰਨਣ ਲੱਗਾ ਆ ਨਾਨਕੇ ਦੇ ਹੁੰਦਾ ਕੋਈ ਫਾਇਦਾ ਨਹੀਂ ਬਾਰਿਸ਼ 'ਚ ਮਾਰਦੇ ਜੇ ਓਏ ਨਾਨਕੇ ਦੇ ਪਿੰਡ ਨਾ ਜਾਇਓ ਕਦੀ ਵੀ ਭੁੱਲ ਕੇ ਕਿਉਂਕਿ ਡੰਗਰ ਬਣਾਉਂਦੇ ਹੀ ਬਾਰਿਸ਼ ਦੇ ਵਿੱਚੋਂ ਵੀ ਅਜੇ ਡੰਗਰ ਬੰਨਣ ਦੇਰ ਨਹੀਂ ਉਹ ਕਰਦਾ ਬਾਹਰ ਜਾਣ ਤੇ ਨਿਆਣਿਆਂ ਨੂੰ ਪਤਾ ਨਹੀਂ ਕੀ ਕਰਨਾ ਸਾਡੇ ਨਾਲ ਕੋਈ ਹਾਲਾਤ ਨੀ ਜੇ ਇੱਥੇ ਫਿਰਨ ਦਾ ਆ ਖੇੜੀ ਖਰਾਬ ਕਰ ਲਈ ਵੇਖ ਲੋ ਗੋਏ ਦੇ ਵਿੱਚ ਚੱਲ ਬੰਨਦੇ ਫੇ ਆ ਜਾ ਵੀਡੀਓ ਚ ਨਗੜਾ ਪਈ ਨਕਾਬ ਕੀਤਾ ਇੱਧਰ ਸਾਹ ਇੱਥੇ ਤੋਂ ਡਿੱਗੇ ਤੇ ਚਾਸ ਆ ਜੇ ਤਿੰਨ ਦੇ ਨਾਲ ਪਾਣ ਦਾ ਭਾਈ ਯਾਰ ਬਾਤ
पठे पा रहा बारिश के आए इधर इन्हों की तूड़ी जिन भो भो के की कहें मैं आप नहीं ना आता आ तूड़ी जे इधर पठे परली साइड कुतरन समान से कुतर के इस पर कुतर के जेडे पे होंगे ये डंगर हूँ मुंडा पा रहा वा डंगर पठे तो जी मेरी वीडियो वेखी ना बच्चे ने घुमाया मैं तो दवा करो मैं बच गया जे नहीं तो लै लू जाना अज बच्चे ने लै दे जाना सी अज इन लीला तो जन लीला हो जानी सी पठे बढ़ने का मशीन नाल आया भाई भी पढ़ लेता बैठे ना ये बारिश के पांच मर जाए डंगर का काम बहुत औखा है क्योंकि पट्ठे बने हूँ मुंडे में पंड चाल लगा